ਦਰਸ਼ਕ ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਜੀ। ਡਾਕਟਰ ਸਾਹਿਬ, ਸਾਡੀ ਪਹਿਲੀ ਈਮੇਲ ਆਈ ਹੈ ਸੁਖਮਨ ਕੌਰ ਜੀ ਦੀ ਪੰਜਾਬ ਤੋਂ। ਇਹ ਲਿਖਦੇ ਹਨ, ਆਮ ਆਦਮੀ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਵਿਚਾਲੇ ਕੀ ਫਰਕ ਹੈ, ਮੈਂ ਇਸ ਬਾਰੇ ਜਾਣਨਾ ਚਾਹੁੰਦੀ ਹਾਂ। ਪਹਿਲਾਂ, ਪਿਛਲੀਆਂ ਲੋਕ ਸਭਾ ਚੋਣਾਂ 'ਚ ਆਮ ਆਦਮੀ ਪਾਰਟੀ ਦੀ ਬਾਹਰਲੇ ਸਿੱਖਾਂ ਨੇ ਡਟ ਕੇ ਮਦਦ ਕੀਤੀ ਸੀ। ਕੈਨੇਡਾ ਅਤੇ ਇਟਲੀ 'ਚ ਵੱਸਦੇ ਸਿੱਖਾਂ ਨੇ ਪਿਛਲੇ ਦਿਨੀ ਆਮ ਆਦਮੀ ਪਾਰਟੀ ਨੂੰ ਫੰਡ ਲਈ ਬਹੁਤ ਪੈਸੇ ਭੇਜੇ ਹਨ। ਉਹ ਆਪਣੇ ਦੇਸ਼ਾਂ 'ਚ ਆਜ਼ਾਦ ਵੱਸਦੇ ਹਨ, ਉਹ ਅਕਾਲੀ ਦਲ ਨੂੰ ਵੀ ਫੰਡ ਭੇਜ ਸਕਦੇ ਹਨ। ਅਕਾਲੀ ਦਲ ਸਿੱਖ ਪਾਰਟੀ ਵਜੋਂ ਜਾਣੀ ਜਾਂਦੀ ਹੈ ਅਤੇ ਕੌਮੀ ਘਰ ਲਈ ਯਤਨਸ਼ੀਲ ਹੈ। ਭਗਵੰਤ ਮਾਨ ਦੀ ਭਾਸ਼ਣ ਦੇਣ ਦੀ ਕਲਾ, ਸੋਸ਼ਲ ਮੀਡੀਆ ਤੇ ਪਬਲਿਸਿਟੀ ਅਤੇ ਆਮ ਆਦਮੀ ਪਾਰਟੀ ਦੇ ਵਰਕਰ ਕੀ ਹੈ ਜੋ ਆਮ ਆਦਮੀ ਪਾਰਟੀ ਦੀ ਚੜ੍ਹਤ ਪਿੱਛੇ ਕੰਮ ਕਰ ਰਿਹਾ ਹੈ? ਦੂਸਰਾ, ਕੀ ਇਹਨਾਂ ਦੋਹਾਂ ਪਾਰਟੀਆਂ ਦੇ ਕੰਮ ਦੀ ਤੁਲਨਾ ਕੀਤੀ ਗਈ ਹੈ? ਅਕਾਲੀ ਦਲ ਪਿਛਲੇ 2 ਦਹਾਕਿਆਂ ਤੋਂ ਆਪਣੇ ਸਟੈਂਡ ਤੇ ਖੜਾ ਹੈ ਅਤੇ ਬਹਾਅ ਦੇ ਰੁੱਖ ਖਿਲਾਫ ਖੜਾ ਹੈ। ਆਮ ਆਦਮੀ ਪਾਰਟੀ ਸਿਰਫ 2 ਜਾਂ 3 ਸਾਲ ਪੁਰਾਣੀ ਪਾਰਟੀ ਹੈ। ਪਹਿਲਾਂ ਇਹ ਗੱਲ ਕਹੀ ਜਾਂਦੀ ਸੀ ਕਿ ਮਨਪ੍ਰੀਤ ਬਾਦਲ ਅਤੇ ਭਗਵੰਤ ਮਾਨ ਜੋ ਪੈਸੇ ਬਾਹਰੋਂ ਇਕੱਠੇ ਕਰਦੇ ਹਨ, ਉਹਨਾਂ ਪੈਸਿਆਂ ਪ੍ਰਤੀ ਇਹਨਾਂ ਦੀ ਕੋਈ ਜਵਾਬਦੇਹੀ ਨਹੀਂ ਹੈ। ਇਹ ਇਲਜ਼ਾਮ ਪੀਪਲਜ਼ ਪਾਰਟੀ ਆਫ ਪੰਜਾਬ 'ਤੇ ਲੱਗਦੇ ਸਨ। ਤੀਸਰਾ, ਜੇ ਤੁਸੀਂ ਕੇਜਰੀਵਾਲ ਦੀ ਮੁੱਖ ਮੰਤਰੀ ਅਹੁਦੇ ਲਈ ਸਹੁੰ ਚੁੱਕਣ ਤੋਂ ਪਹਿਲਾਂ ਦੀ ਸਪੀਚ ਸੁਣੋ ਤਾਂ ਤੁਸੀਂ ਇਹ ਦੇਖੋਗੇ ਅਤੇ ਮਹਿਸੂਸ ਕਰੋਗੇ ਕਿ ਉਸ ਨੂੰ ਹੋਰ ਸੂਬਿਆਂ ਦੇ ਹਿੱਤਾਂ ਦੀ ਕੋਈ ਪਰਵਾਹ ਨਹੀਂ ਹੈ। ਜ਼ਿਆਦਾਤਰ ਲੋਕ ਇਹ ਕਹਿ ਰਹੇ ਹਨ ਕਿ ਇਹ ਸਪੀਚ ਉਸਨੇ ਦਿੱਲੀ ਚੋਣਾਂ ਜਿੱਤਣ ਤੋਂ ਬਾਅਦ ਭਾਵੁਕ ਹੋ ਕੇ ਦਿੱਤੀ, ਤਾਂ ਕਰਕੇ ਉਸਨੇ ਥੋੜ੍ਹੇ ਸ਼ਬਦਾਂ 'ਚ ਕੁਝ ਜ਼ਿਆਦਾ ਹੀ ਕਹਿ ਦਿੱਤਾ। ਚੌਥਾ, ਬਹੁਗਿਣਤੀ ਦੀ ਰਾਜਨੀਤੀ ਨੂੰ ਸਮਝਦੇ ਹੋਏ ਅਸੀਂ ਇਸ ਗੱਲ ਦਾ ਸਿੱਟਾ ਕੱਢ ਸਕਦੇ ਹਾਂ ਕਿ ਸਿੱਖਾਂ ਦੀਆਂ ਜਾਇਜ਼ ਅਤੇ ਹੱਕੀ ਮੰਗਾਂ ਸਿਰਫ ਤਾਂ ਹੀ ਪੂਰੀਆਂ ਹੋ ਸਕਦੀਆਂ ਹਨ ਜੇ ਸਿੱਖ ਬਹੁਗਿਣਤੀ 'ਚ ਆਉਣ। ਪੰਜਵਾਂ, ਅਕਾਲੀ ਦਲ ਦੇ ਵੱਖੋ ਵੱਖਰੇ ਨਾਮ ਵੀ ਹੋ ਸਕਦੇ ਹਨ, ਕਰਜ਼ੇ 'ਚ ਡੁੱਬੇ ਅਤੇ ਨਸ਼ੇ 'ਚ ਗੁਲਤਾਨ ਲੋਕਾਂ ਨੂੰ ਗੁੰਮਰਾਹ ਕਰਦੇ ਹੋਣ। ਕਿੰਨੇ ਹੀ ਅਕਾਲੀ ਦਲ ਹਨ, ਅੰਮ੍ਰਿਤਸਰ, ਪੰਜ ਪ੍ਰਧਾਨੀ, ਲੌਂਗੋਵਾਲ, ਹੋਰ ਮੈਨੂੰ ਵੀ ਨਹੀਂ ਪਤਾ ਕਿੰਨੇ ਕੁ। ਛੇਵਾਂ, ਜਿਹੜੇ ਸਿੱਖ ਆਮ ਆਦਮੀ ਪਾਰਟੀ ਬਾਰੇ ਸਾਡੀ ਰਾਏ 'ਤੇ ਸਵਾਲੀਆ ਨਿਸ਼ਾਨ ਲਾਉਂਦੇ ਹਨ, ਉਹਨਾਂ ਨੂੰ ਮੈਂ ਕਹਿਣਾ ਚਾਹੂੰਗੀ ਕਿ ਅਸੀਂ ਆਸ਼ਾਵਾਦੀ ਸਿੱਖ ਹਾਂ, ਅੰਨਾ ਵਿਸ਼ਵਾਸ ਨਹੀਂ ਕਰਦੇ, ਨਿਸ਼ਚੈ ਰੱਖਣ ਵਾਲੇ ਹਾਂ। ਜੀ ਡਾਕਟਰ ਸਾਹਿਬ, ਭੈਣ ਜੀ ਸੁਖਮਨ ਕੌਰ ਜੀ ਦਾ ਬਹੁਤ ਬਹੁਤ ਸ਼ੁਕਰੀਆ। ਉਹ ਸਾਨੂੰ ਲਗਾਤਾਰਤਾ ਨਾਲ ਲਿਖਦੇ ਨੇ, ਅਸੀਂ ਉਹਨਾਂ ਦੀ ਲਿਖਤੀ ਇੰਨੀ ਕੰਪੈਲਿੰਗ ਹੁੰਦੀ ਹੈ ਔਰ ਇਹਦੇ 'ਚ ਰੈਲੇਵੈਂਟ ਨੁਕਤੇ ਹੁੰਦੇ ਨੇ ਕਿ ਬਹੁਤ ਵਾਰ ਇਹਦੇ ਬਾਵਜੂਦ ਕਿ ਉਹਨਾਂ ਦੀ ਅਸੀਂ ਜ਼ਿਆਦਾ ਲਿਖਤ ਨੂੰ ਲੈਂਦੇ ਜੀ, ਫਿਰ ਵੀ ਮੈਂ ਇਹਨੂੰ ਇਗਨੋਰ ਨਹੀਂ ਕਰ ਸਕਦਾ ਹੁੰਦਾ, ਕਿਉਂਕਿ ਸਾਡਾ ਇਹ ਵੀ ਯਤਨ ਹੁੰਦਾ ਵੀ ਸਿਰਫ ਲਿਖਣ ਵਾਲੇ ਨੂੰ ਰੈਕਗਨਾਈਜ਼ ਕਰਨਾ ਜਾਂ ਅਸੀਂ ਆਪਣਾ ਇਹ ਵਕਤ ਪੂਰਾ ਕਰਨ ਤੱਕ ਮਹਿਦੂਦ ਨਹੀਂ ਹੁੰਦੇ। ਅਸੀਂ ਸਮਝਦੇ ਹਾਂ ਵੀ ਕੋਈ ਫਰੈਸ਼ਨੈਸ ਵੀ ਹੋਏ ਪ੍ਰੋਗਰਾਮ 'ਚ ਰੋਜ਼ਾਨਾ, ਔਰ ਜਿਹੜੀਆਂ ਖਾਸ ਤੌਰ 'ਤੇ ਗੱਲਾਂ ਸਾਹਮਣੇ ਆ ਰਹੀਆਂ ਨੇ ਉਹਨਾਂ ਦੇ ਵਿੱਚ ਕਿਹੜਾ ਕੋਈ ਕਰੰਟ ਵਿਸ਼ਾ, ਇਸ ਲਈ ਕਈ ਵਾਰ ਬੇਸ਼ੱਕ 3-3, 4-4 ਹਫ਼ਤੇ ਵੀ ਜਾਂ ਜ਼ਿਆਦਾ ਵੀ ਵੇਟ ਅਸੀਂ ਕਰਦੇ ਹਾਂ ਕਿਸੇ ਦਾ ਰਿਪਲਾਈ ਕਰਨ ਲਈ। ਕਈ ਵਾਰ ਇਹ ਵੀ ਹੁੰਦਾ ਕਿ ਜੇ ਅੱਜ ਸਾਨੂੰ ਈਮੇਲ ਮਿਲੀ, ਕਰੰਟ ਟੌਪਿਕ ਹੈ, ਬਰੀਫ ਹੈ ਔਰ ਪੂਰੀ ਜਿਹੜੀ ਹੈ ਕ੍ਰਿਸਟਲ ਕਲੀਅਰ ਅਪਰੋਚ ਹੈ ਮੁੱਦੇ 'ਤੇ, ਭਾਵੇਂ ਕੰਟਰੋਵਰਸ਼ੀਅਲ ਹੈ ਜਾਂ ਨੈਗੇਟਿਵ ਵੀ ਹੈ ਸਾਡੇ ਪ੍ਰਤੀ, ਅਸੀਂ ਉਹਨੂੰ ਪਿੱਕ ਕਰ ਲੈਂਦੇ ਜੀ। ਅੱਜ ਦੀ ਲਿਖਤ ਉਹਨਾਂ ਦੀ ਇਸ ਵਿਸ਼ੇ ਦੇ ਉੱਤੇ ਹੀ ਹੈ ਕਿ ਵੀ ਜਿਸ ਤੇਜ਼ੀ ਨਾਲ ਆਮ ਆਦਮੀ ਪਾਰਟੀ ਨੂੰ ਸਿੱਖਾਂ ਦੀ ਔਰ ਖਾਸ ਤੌਰ 'ਤੇ ਬਾਹਰਲੇ ਸਿੱਖਾਂ ਦੀ ਵੀ ਹਮਾਇਤ ਹੈ ਪੈਸੇ ਦੇ ਪੱਖੋਂ, ਕੈਨੇਡਾ ਔਰ ਇਟਲੀ ਦੇ ਹਵਾਲੇ ਨਾਲ ਵੀ ਉਹਨਾਂ ਨੇ ਗੱਲ ਕੀਤੀ, ਈਵਨ ਸਾਰੇ ਪਾਸੇ ਉਹਨਾਂ ਨੂੰ ਪੈਸੇ ਦੀ ਕੋਈ ਕਮੀ ਨਹੀਂ ਹੈ। ਜਿਹੜਾ ਉਹਨਾਂ ਨੇ ਈਵਨ ਅਕਾਊਂਟ ਸ਼ੋਅ ਵੀ ਕੀਤੇ ਨੇ ਉਹ ਕਈ ਕਰੋੜਾਂ ਦੇ ਵਿੱਚ ਹੈ, ਜਿਹੜਾ ਜਿਸ ਨੂੰ ਈਵਨ ਉਹਨਾਂ ਦੀ ਮੋਦੀ ਸਰਕਾਰ ਨੇ ਵੀ ਕਲੀਅਰ ਕੀਤਾ ਹੈ ਕਿ ਜੀ ਨੋ ਲਾ ਵਾਜ਼ ਫਲਾਊਟਡ। ਸੋ ਜੇ ਓਵਰ ਇੰਨਾ ਕੁ ਹੈ ਤਾਂ ਜਿਹੜੇ ਕੈਂਡੀਡੇਟ ਜਾਂ ਦੂਸਰੇ ਆਪਣੇ ਤੌਰ 'ਤੇ ਵੀ ਉੱਥੇ ਇਲੈਕਸ਼ਨ ਲੜੀ ਹੈ ਜਿਨ੍ਹਾਂ ਨੇ ਜਾਂ ਲੜਨਗੇ, ਉਹ ਇੱਕ ਵੱਖਰਾ ਵਿਸ਼ਾ ਹੈ ਵੀ ਕਿਵੇਂ ਉਹਨੂੰ ਹੈਂਡਲ ਕਰਨਗੇ ਜੀ। ਪਰ ਪਹਿਲਾਂ ਇਸ ਤੋਂ ਪਹਿਲਾਂ ਕਿ ਮੈਂ ਡਿਵੈਲਪ ਕਰਾਂ ਇਨ ਡੀਟੇਲ ਇਹਨਾਂ ਦੀ ਲਿਖਤ ਬਾਰੇ, ਪਿਛਲੇ ਹੁਣ ਕੁਛ ਦਿਨਾਂ ਤੋਂ ਜਿਹੜਾ ਘਮਸਾਨ ਆਮ ਆਦਮੀ ਪਾਰਟੀ ਦੇ ਵਿੱਚ ਮੱਚਿਆ ਹੋਇਆ, ਜਿਸ ਤਰੀਕੇ ਦੇ ਨਾਲ ਉਹਨਾਂ ਦੇ ਫਾਊਂਡਰ ਜਿਹੜੇ ਮੁੱਖ ਪ੍ਰਸ਼ਾਂਤ ਭੂਸ਼ਣ ਔਰ ਦੂਸਰੇ ਜਿਹੜੇ ਨੇ ਉਹ ਛੱਡ ਕੇ ਗਏ ਨੇ, ਅੱਜ ਹੀ ਇੱਕ ਬੀਬੀ ਉਹਦਾ ਨਾਂ ਦਾਮਿਨੀ ਕੀ ਉਹਦਾ ਨਾਂ ਸੀ ਬੀਬੀ ਦਾ, ਉਹਨੇ ਵੀ ਕਿਹਾ ਜੀ ਵੀ ਬਿਲਕੁਲ ਕੇਜਰੀਵਾਲ ਨੇ ਨਿਰਾਸ਼ ਕੀਤਾ, ਵੀ ਪ੍ਰਮੁੱਖ ਐਕਟੀਵਿਸਟ 'ਚੋਂ ਸੀ ਉਹ ਵੀ ਜਿਹੜੀ ਹੈ ਛੱਡ ਕੇ ਗਈ ਹੈ, ਜੋਗਿੰਦਰ ਯਾਦਵ ਔਰ ਭੂਸ਼ਣ ਇਹਦੇ ਖਿਲਾਫ਼ ਪਹਿਲਾਂ ਪਾਰਟੀ ਦੇ ਕੁਛ ਨੇ ਕਿਹਾ ਕਿ ਜੀ ਇਹਨਾਂ ਨੇ ਕੋਈ ਲੈਟਰ ਲਿਖਿਆ ਸੀ ਪਿਛਲੀਆਂ ਦਿੱਲੀ ਚੋਣਾਂ 'ਚ ਆਮ ਆਦਮੀ ਪਾਰਟੀ ਨੂੰ ਹਰਾਉਣ ਲਈ। ਸੋ ਅੱਜ ਉਹਨਾਂ ਨੇ ਫਿਰ ਕੋਈ ਜਵਾਬ ਦਿੱਤਾ ਜੀ ਨਹੀਂ ਅਸੀਂ ਟ੍ਰਾਂਸਪੇਰੈਂਸੀ ਚਾਹੁੰਦੇ ਹਾਂ ਦਿਸ ਦੈਟ।
ਸੋ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਪਾਰਟੀ ਆਲਮੋਸਟ ਦੋ ਫਾੜ ਨਹੀਂ ਪਤਾ ਨਹੀਂ ਕਿੰਨੇ ਫਾੜ ਹੋਣ ਵੱਲ ਜਾਏ, ਕਿਉਂਕਿ ਇਹ ਤਾਂ ਦਿੱਲੀ ਵਾਲਿਆਂ ਦੀ ਆਪਣੀ ਪਾਵਰ ਇੱਕ ਸਟਰਗਲ ਹੈ। ਪੰਜਾਬ ਦੇ ਹਵਾਲੇ ਨਾਲ ਅਸੀਂ ਅੱਗੇ ਹੀ ਜ਼ਿਕਰ ਕੀਤਾ ਸੀ ਵੀ ਕਿਸ ਤਰੀਕੇ ਨਾਲ ਜੇ ਚਾਰ ਮੈਂਬਰ ਪਾਰਲੀਮੈਂਟ ਨੇ, ਇਹਨਾਂ ਦੇ ਤਿੰਨ ਜਿਹੜੇ ਨੇ ਖੱਬੇ ਪੱਖੀ ਵਿਚਾਰਧਾਰਾ ਵੱਲ ਝੁਕੇ ਹੋਏ, ਆਪਣੀ ਕਿਸਮ ਦੀ ਗੱਲ ਕਰਦੇ ਨੇ, ਅਤੇ ਇੱਕ ਹਰਿੰਦਰ ਸਿੰਘ ਖਾਲਸਾ ਜਿਹਦਾ ਸਿੱਖ ਮਾਇੰਡ ਸੈੱਟ ਹੈ ਉਹ ਉਹੀ ਗੱਲ ਕਰਦੇ ਨੇ ਜਿਹੜੇ ਕਿ ਪੰਜਾਬ ਦੇ ਲਈ ਗੁਣਕਾਰੀ ਹੈ। ਹਾਲਾਂਕਿ ਇਸ ਗੱਲ ਨੂੰ ਜਿਹੜਾ ਆਉਣ ਵਾਲੇ ਦਿਨਾਂ 'ਚ ਹੋਰ ਵੀ ਗੱਲ ਸਾਹਮਣੇ ਆਏਗੀ। ਅਜੇ ਤਾਂ ਕੇਜਰੀਵਾਲ ਨੇ ਸਹੁੰ ਚੁੱਕਦਿਆਂ ਹੀ, ਔਰ ਉਹਨਾਂ ਨੇ ਬਿਲਕੁਲ ਠੀਕ ਕਿਹਾ ਕਿ ਜਿਹੜੀ ਉਹਦੀ ਸਪੀਚ ਸੀ ਉਹ ਬਿਲਕੁਲ ਦਿੱਲੀ ਫੋਕਸਡ ਸੀ, ਔਰ ਦਿੱਲੀ 'ਚ ਰਾਜ ਕਰਨ ਦਾ ਮਤਲਬ ਤਾਂ ਕਿਸੇ ਇੱਥੇ ਕਿਸੇ ਮਿਊਂਸਪਲ ਕਮੇਟੀ 'ਚ ਜਿਹੜਾ ਹੋਣਾ ਕੌਂਸਲ ਮੈਂਬਰ ਉਹ ਜ਼ਿਆਦਾ ਪਾਵਰਫੁੱਲ ਹੈ, ਕਿਉਂਕਿ ਉੱਥੇ ਲਾਅ ਐਂਡ ਆਰਡਰ ਵੀ ਦਿੱਲੀ ਵਾਲਿਆਂ ਕੋਲ ਹੈ, ਜ਼ਮੀਨ ਦੀ ਮਾਲਕ ਵੀ ਜਿਹੜੀ ਹੈ ਸੈਂਟਰ ਗੌਰਮੈਂਟ ਹੈ। ਸੋ ਕੇਜਰੀਵਾਲ ਬਿਜਲੀ ਪਾਣੀ ਉਹਦੀ ਇੱਕ ਦੀ ਕੀਮਤਾਂ ਅੱਧੀਆਂ ਕਰਦੇ ਆ, ਉਸ ਤੋਂ ਬਿਨਾਂ ਕੁਛ ਕਰ ਨਹੀਂ ਸਕੇਗਾ, ਔਰ ਬਾਕੀ ਬਦਨਾਮੀ ਹੁੰਦੀ ਰਹੇਗੀ, ਰੇਪ ਵੀ ਹੋ ਰਹੇ ਨੇ ਉਸੇ ਤਰ੍ਹਾਂ, ਬਾਕੀ ਪਾਰਟ ਵੀ ਜਿਹੜਾ ਮੈਨੂੰ ਨਹੀਂ ਲੱਗਦਾ ਕਿ ਕੋਈ ਡੈਂਟ ਪਾ ਸਕੇਗਾ। ਔਰ ਇੱਕ ਰੀਜ਼ਨ ਇਹ ਵੀ ਉਹਦਾ ਦਿੱਲੀ ਸੈਂਟ੍ਰਿਕ ਹੋਣਾ ਵੀ, ਜਿਹੜੇ ਉਹਦੇ ਬਾਕੀ ਕੁਲੀਗ ਨੇ ਉਹਨਾਂ ਨੂੰ ਲੱਗਦਾ ਕਿ ਬਈ ਇਹਨੇ ਆਪਣੀ ਫੀਫਟਮ ਬਣਾ ਰਹੀ ਹੈ, ਉਨੀ ਜਿਵੇਂ ਜਗੀਰ ਦੇ ਉੱਤੇ ਕੋਈ ਬੰਦਾ ਬਹਿੰਦਾ, ਔਰ ਜਿਹੜਾ ਚੇਂਜ ਹੈ ਭਾਰਤ ਦੇ ਵਿੱਚ, ਹੋ ਸਕਦਾ ਉਹਦੇ 'ਚ ਉਹਦੀ ਜ਼ਿਆਦਾ ਵਿਹਾਰਕਤਾ ਹੋਏ ਕੇਜਰੀਵਾਲ ਦੀ, ਕਿਉਂਕਿ ਉਹ ਇਹ ਸਮਝਦਾ ਵੀ ਪਹਿਲੀ ਵਾਰੀ ਅਸੀਂ ਖਿਲਾਰਾ ਪਾ ਕੇ ਦੇਖ ਲਿਆ, ਕਿਤੋਂ ਵੀ ਕੁਛ ਨਹੀਂ ਮਿਲਿਆ ਪੰਜਾਬ ਤੋਂ ਬਿਨਾਂ। ਸੋ ਹੁਣ ਜਿਹੜੀ ਗੱਲ ਉਹਨਾਂ ਨੇ ਕਹੀ ਹੈ ਕਿ ਵੀ ਸ਼ਾਇਦ ਜਿਹੜੀ ਇਹਦੀ ਚੜ੍ਹਤ ਹੈ ਉਹਦੇ 'ਚ ਭਗਵੰਤ ਮਾਨ ਉਹਨੂੰ ਲਤੀਫੇ ਬੜੇ ਆਉਂਦੇ ਨੇ, ਜਾਂ ਉਹ ਅੱਛਾ ਸਟੇਜ ਹੈਂਡਲ ਕਰਦੇ, ਕਮੇਡੀਅਨ ਨੇ ਦੋ ਦਹਾਕਿਆਂ ਤੋਂ ਜਿਹੜਾ ਉਹ ਪਹਿਲਾਂ ਮਨਪ੍ਰੀਤ ਬਾਦਲ ਨਾਲ ਵੀ ਰਿਹਾ, ਇੱਧਰ ਵੀ ਰਿਹਾ। ਮੈਂ ਸਮਝਦਾ ਵੀ ਇਹ ਇੱਕ ਵਹਾਅ ਹੁੰਦਾ, ਉਸ ਵਹਾਅ ਦੇ ਵਿੱਚ ਪੰਜਾਬ 'ਚ ਉਸ ਵੇਲੇ ਬਾਦਲਾਂ ਦੇ ਖਿਲਾਫ ਇੱਕ ਪੂਰੀ ਲਹਿਰ ਸੀ, ਔਰ ਇਹੀ ਕਾਰਨ ਸੀ ਕਿ ਇਹਨਾਂ ਉਮੀਦਵਾਰਾਂ ਦੀ ਇੱਕ ਅੱਛੀ ਪਰਫੋਰਮੈਂਸ ਰਹੀ, ਜਿਹੜੇ ਹਾਰੇ ਵੀ ਉਹਨਾਂ ਨੇ 2-2 ਲੱਖ ਵੋਟਾਂ ਲਈਆਂ। ਪਰ ਜਿਸ ਤਰੀਕੇ ਨਾਲ ਹੁਣ ਇਹਨਾਂ ਦਾ ਅੰਦਰੂਨੀ ਕਲੇਸ਼ ਹੈ, ਜਾਂ ਲੈ ਦੇ ਕੇ ਉਸ ਕਰਪਟ ਸੁਸਾਇਟੀ 'ਚ, ਬੋਸਟਿੰਗ ਸੁਸਾਇਟੀ 'ਚ, ਅਲ ਬਰੂਨੀ ਦੀ ਗੱਲ ਅਸੀਂ ਪੜ੍ਹ ਕੇ ਹਟੇ ਹਾਂ ਕਿ 1000 ਸਾਲ ਪਹਿਲਾਂ ਵੀ ਇਹੀ ਸੀ, ਉੱਥੇ ਕਿਹੜਾ ਕਰਪਸ਼ਨ ਫਰੀ ਇੰਡੀਆ ਹੋ ਜਾਏਗਾ, ਅਤੇ ਕਿਹੜਾ ਹਰ ਗਰੀਬ ਨੂੰ ਜਿਹੜਾ ਉਸ ਦੇ ਘਰ ਤੱਕ ਪਹੁੰਚ ਕੇ ਉਸ ਦੀਆਂ ਲੋੜਾਂ ਪੂਰੀਆਂ ਕਰੇਗਾ, ਉਹ ਤਾਂ ਇੱਕ ਡੇ ਡ੍ਰੀਮਿੰਗ ਹੈ ਜੇ ਕੋਈ ਸਮਝਦਾ ਜੀ। ਬਾਕੀ ਉਹਨਾਂ ਨੇ ਇਹ ਬਿਲਕੁਲ ਠੀਕ ਕਿਹਾ ਕਿ ਵੀ ਜਿਹੜੀ ਮਾਨਸਿਕਤਾ ਹੈ ਬਹੁ ਗਿਣਤੀ ਦੀ, ਉਹ ਸਾਨੂੰ ਸਮਝਣ ਦੀ ਲੋੜ ਹੈ, ਔਰ ਜਦੋਂ ਤੱਕ ਅਸੀਂ ਬਹੁ ਗਿਣਤੀ ਦੇ ਵਿੱਚ ਨਹੀਂ ਆਉਂਦੇ ਉਦੋਂ ਤੱਕ ਸਾਡਾ ਕੋਈ ਮਸਲਾ ਹੱਲ ਨਹੀਂ ਹੋ ਸਕਦਾ। ਔਰ ਅਕਾਲੀ ਦਲਾਂ ਦੇ ਹਵਾਲੇ ਨਾਲ ਉਹਨਾਂ ਨੇ ਕਿਹਾ ਵੀ ਸ਼ਾਇਦ ਜਿਹੜੇ ਨਸ਼ਈ ਔਰ ਦੂਜੇ ਲੋਕ ਨੇ ਉਹਨਾਂ ਨੂੰ ਇਹੀ ਕਨਫਿਊਜ਼ਨ ਹੈ ਕਿ ਅਕਾਲੀ ਦਲ ਅੰਮ੍ਰਿਤਸਰ ਹੈ, ਬਾਦਲ ਹੈ, ਪੰਚ ਪ੍ਰਧਾਨੀ ਹੈ, ਲੌਂਗੋਵਾਲ ਹੈ। ਖੈਰ ਇਹ ਤਾਂ ਨਹੀਂ ਠੀਕ, ਮੈਂ ਸਮਝਦਾ ਵੀ ਬਹੁਤੀ ਗੱਲ, ਕਿਉਂਕਿ ਜਿਹਦੇ ਲਈ ਪਤਾ ਹੈ ਅਕਾਲੀ ਦਲ ਕਿਹੜਾ ਹੈ ਅਤੇ ਕਿਹੜਾ ਨਹੀਂ, ਇਹਦੋਂ ਰਿਜੈਕਟ ਕਰਨਾ ਉਦੋਂ ਵੀ ਕਰਨਾ ਜੇ 4 ਕੈਂਡੀਡੇਟ ਉਹਨਾਂ ਦੇ ਜਿੱਤੇ ਤਾਂ ਰਿਜੈਕਟ ਹੋਏ ਹੀ ਨੇ ਜੀ। ਲੇਕਿਨ ਜਿਹੜਾ ਉਹਨਾਂ ਦਾ ਇਹ ਕਲੈਰਿਟੀ ਹੈ ਕਿ ਭਾਈ ਅਸੀਂ ਆਪਣੇ ਨਿਸ਼ਾਨ ਔਰ ਨਿਸ਼ਚੇ ਨਾਲ ਜੁੜੇ ਰਹੀਏ, ਜਿਹੜੀ ਆਮ ਆਦਮੀ ਪਾਰਟੀ ਦੇ ਲੋਕ ਜਿਹੜੇ ਉੱਧਰ ਵੱਲ ਝੁਕੇ ਨੇ ਉਹ ਸਾਨੂੰ ਕ੍ਰਿਟੀਸਾਈਜ਼ ਕਰਦੇ ਨੇ। ਹਾਂ, ਇੱਕ ਇਨੀਸ਼ੀਅਲ ਪਾਰਟ 'ਚ ਉਹਨਾਂ ਨੇ ਕੰਪੈਰੀਜ਼ਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਨਾਲ ਕੀਤਾ ਕਿ ਉਹ 2-3 ਦਹਾਕਿਆਂ ਤੋਂ ਖੜ੍ਹੇ ਨੇ ਜਿਸ ਸਟੈਂਡ 'ਤੇ ਖੜ੍ਹੇ ਨੇ, ਔਰ ਜਿਹੜੇ ਲੋਕ ਆਪਣੇ ਇੱਧਰ ਪੈਸੇ ਭੇਜਦੇ ਨੇ ਆਮ ਆਦਮੀ ਪਾਰਟੀ, ਜੇ ਉਸ ਪਾਸੇ ਵੱਲ ਰੱਖਣ ਤਾਂ ਸ਼ਾਇਦ ਜਿਹੜਾ ਉਹਨਾਂ ਦੀ ਪਰਫੋਰਮੈਂਸ ਵੀ ਬੈਟਰ ਹੋਏ। ਉਹਨੇ ਤਾਂ ਨਹੀਂ ਕਿਹਾ, ਪਰ ਮੈਂ ਸਮਝਦਾ ਵੀ ਇਹੀ ਇੱਕ ਪਾਰਟ ਹੈਗਾ। ਦੇਖੋ, ਇਹਦੇ 'ਚ ਕੋਈ ਸ਼ੱਕ ਨਹੀਂ ਹੈ, ਇਸ ਸਭ ਦੇ ਬਾਵਜੂਦ ਕਿ ਕੰਮ ਕਰਨ ਦੇ ਢੰਗ, ਸੋਚਣ ਦਾ ਢੰਗ ਕਿਸੇ ਦਾ ਵੱਖੋ ਵੱਖਰਾ ਹੋ ਸਕਦਾ, ਪਰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੀ ਵਿਚਾਰਧਾਰਾ, ਸਿੱਖ ਨੁਕਤਾ ਨਿਗਾਹ ਤੋਂ ਖਾਲਿਸਤਾਨ ਪ੍ਰਤੀ ਵਚਨਬੱਧਤਾ, ਇਸ ਬਾਰੇ ਤਾਂ ਕੋਈ ਸਵਾਲੀਆ ਨਿਸ਼ਾਨ ਨਹੀਂ। ਔਰ ਪਿਛਲੇ ਪੀਰੀਅਡ 'ਚ ਵੀ ਅਸੀਂ ਦੇਖਿਆ ਸੰਤ ਭਿੰਡਾਂ ਵਾਲਿਆਂ ਦਾ ਜਨਮ ਦਿਨ ਹੋਇਆ, ਜਿਵੇਂ ਫਤਿਹਗੜ੍ਹ ਸਾਹਿਬ 'ਚ ਸੈਲੀਬ੍ਰੇਟ ਹੋਇਆ, ਹੋਲਾ ਮੁਹੱਲਾ ਅਨੰਦਪੁਰ ਸਾਹਿਬ 'ਚ ਹੋਇਆ, ਬੜੀ ਕਲੀਅਰਲੀ ਪੁਜ਼ੀਸ਼ਨ ਜਿਹੜੀ ਹੈ ਉਹ ਆਰਟੀਕੂਲੇਟ ਕੀਤੀ ਹੈ ਖਾਲਿਸਤਾਨ ਦੀ। ਪਰ ਮੈਂ ਸਮਝਦਾ ਵੀ ਸਾਡਾ ਇੱਕ ਵੱਡਾ ਤਬਕਾ ਜਿਹੜਾ ਹੈ ਉਹ ਅਜੇ ਵੀ ਜਿਹੜਾ ਤੱਤੇ ਰੇਤੇ 'ਤੇ ਪੈਰ ਰੱਖਣ ਤੋਂ ਘਬਰਾਉਂਦਾ, ਇਹ ਉਹਨਾਂ ਦੇ ਲਈ ਜਿਹੜਾ ਉਹ ਸੌਖਾ ਜਿਹਾ ਤਰੀਕਾ ਹੈ ਕਿ ਵੀ ਤੁਸੀਂ ਉਹਦੇ ਥੱਲੇ ਇੰਡੀਆ ਵੀ ਜਿਹੜਾ ਉਹ ਖੁਸ਼, ਸਰਕਾਰੀ ਤੁਸੀਂ ਕਹਿਰ ਤੋਂ ਵੀ ਬਚ ਜਾਂਦੇ ਹੋ, ਕਿਉਂਕਿ ਦੇਖੋ ਇੱਕ ਡਰ ਫੈਕਟਰ ਬਹੁਤ ਹੈ। ਔਰ ਅਸੀਂ ਜੇ ਈਵਨ ਬਾਪੂ ਸੂਰਤ ਸਿੰਘ ਦੇ ਵਰਤ ਦੇ ਹਵਾਲੇ ਨਾਲ ਵੰਗਾਰ ਮਾਰਚ ਦਾ ਕੀ ਹਾਲ ਸੈਣੀ ਨੇ ਕੀਤਾ, ਕਿਵੇਂ ਕੱਲ੍ਹ ਹੀ ਉਹਨਾਂ ਦੀ ਜਿਹੜੀ 2-3 ਦਿਨ ਪਹਿਲਾਂ ਉਹਨਾਂ ਦੀ ਬੇਟੀ ਨਾਲ ਗੱਲ ਹੋ ਰਹੀ ਸੀ,
ਕਿ ਵੀ ਕਿਵੇਂ ਉਹਨਾਂ ਦੇ ਭਰਾ ਨੂੰ ਅਜੇ ਵੀ ਜਿਸ ਤਰੀਕੇ ਨਾਲ ਜ਼ਲੀਲ ਕੀਤਾ ਜਾਂਦਾ ਹੈ। ਜੇ ਦਮਨਦੀਪ ਸਿੰਘ ਉਸ ਨੂੰ ਨਾਲ ਫੜਿਆ ਸੀ ਤੇ ਉਹ ਕਿਸੇ ਨੂੰ ਪਰਸਨਲੀ ਮਿਲਾਉਣ ਨੂੰ ਤਿਆਰ ਨਹੀਂ ਸੀ, ਉਹਦੇ ਨਾਲ ਕਹਿਣ ਲੱਗੇ ਤੁਸੀਂ ਇਕੱਠੇ ਹੋਵੋਗੇ, ਨਾਰੇ ਲਾਓਗੇ। ਸੋ ਜਿੱਥੇ ਇਸ ਕਿਸਮ ਦੇ ਡਰ ਦਾ ਮਾਹੌਲ ਪੱਤਰਕਾਰ ਫੜ ਲਏ, ਸੁਰਿੰਦਰ ਸਿੰਘ ਟਾਕਿੰਗ ਪੰਜਾਬ, ਜਸਪਾਲ ਸਿੰਘ ਹੀਰਾ ਪਹਿਰੇਦਾਰ, ਸੋ ਜਦੋਂ ਇਸ ਕਿਸਮ ਦੇ ਡਰ ਦਾ ਮਾਹੌਲ ਹੁੰਦਾ, ਇੱਕ ਪਾਸੇ ਨਜ਼ਰ ਆਉਂਦਾ ਵੀ ਇਹ ਡਰ ਹੈ, ਦੂਜੇ ਪਾਸੇ ਉਹੀ ਹੈ ਗਾਂਧੀ ਟੋਪੀ, ਵੰਦੇ ਮਾਤਰਮ, ਭਾਰਤ ਮਾਤਾ ਕੀ ਜੈ, ਅਤੇ ਜ਼ਬਾਨੀ ਕਲਾਮੀ ਕਹੀ ਜਾਓ ਜੀ ਅਸੀਂ ਭ੍ਰਿਸ਼ਟਾਚਾਰ ਮੁਕਤ ਭਾਰਤ ਬਣਾਵਾਂਗੇ, ਅਤੇ ਤੁਹਾਨੂੰ ਵੀ ਤਸੱਲੀ ਹੁੰਦੀ ਹੈ ਕਿ ਜੇ ਤੁਸੀਂ ਪੈਸੇ ਦੇ ਕੇ ਕੁਛ ਕੰਮ ਕਰਾ ਰਹੇ ਹੋ, ਦੇਖੋ ਭਲਾ ਚੰਗਾ ਕੰਮ ਹੋ ਰਿਹਾ। ਸੋ ਮੈਂ ਸਮਝਦਾ ਵੀ ਇਹ ਜਿਹੜੇ ਪੰਥ ਨੂੰ ਸਮਰਪਿਤ ਸਿੱਖ ਨੇ ਉਹ ਜ਼ਰੂਰ ਸੋਚਣ ਕਿ ਭਾਈ ਜਿਹੜੇ ਇਹਨਾਂ ਡਿਫੀਕਲਟੀਜ਼ ਦੇ ਬਾਵਜੂਦ ਪੰਜਾਬ 'ਚ ਜਿਨ੍ਹਾਂ ਨੇ ਝੰਡਾ ਚੁੱਕਿਆ ਹੋਇਆ, ਖਾਲਿਸਤਾਨ ਦੇ ਨਿਸ਼ਾਨੇ ਨੂੰ ਆਰਟੀਕੁਲੇਟ ਕਰਦੇ ਨੇ, ਉਹਨਾਂ ਦੀ ਵੱਧ ਤੋਂ ਵੱਧ ਮਦਦ ਹੋਏ, ਕਿਉਂਕਿ ਇਹ ਗੱਲ ਜ਼ਾਹਰ ਹੈ ਕਿ ਖਾਲਿਸਤਾਨ ਦੀ ਕਾਇਮੀ ਤੋਂ ਬਿਨਾਂ ਸਿੱਖਾਂ ਦਾ ਕੋਈ ਮਸਲਾ ਹੱਲ ਨਹੀਂ ਹੋਣਾ। ਇਹ ਗੱਲ ਅੱਜ ਸਮਝ ਆਏ, ਹੋਰ ਖੁਆਰੀ ਤੋਂ ਬਾਅਦ ਆਏ, ਇਹ ਬੋਟਮ ਲਾਈਨ ਹੈ ਔਰ ਇਹ ਨਿਸ਼ਚੈਵਾਚਕ ਸੱਚ ਹੈ ਜੀ। ਡਾਕਟਰ ਸਾਹਿਬ ਬਿਲਕੁਲ, ਇਸ ਨਾਲ ਬ੍ਰੇਕ, ਵਿਊਰਸ ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਚੱਲਦਾ ਰਹੇਗਾ, ਮਿਲਦੇ ਹਾਂ ਕਮਰਸ਼ੀਅਲ ਬ੍ਰੇਕ ਤੋਂ ਬਾਅਦ।